ਸਤਿ ਸ਼੍ਰੀ ਅਕਾਲ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ। ਦੋਸਤੋ ਗੱਲ ਕਰਦੇ ਹਾਂ ਟੌਪ 5 ਖਬਰਾਂ ਦੀ ਤਾਂ ਸਭ ਤੋਂ ਪਹਿਲਾ ਨਾਮ ਹੈ ਰਾਜਵੀਰ ਜਵੰਦਾ ਦਾ। ਰਾਜਵੀਰ ਜਵੰਦਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ 뮤직 ਦੇ ਵਿੱਚ ਖਾਸ ਪਹਿਚਾਣ ਬਣਾਈ ਹੈ। ਹੁਣ ਤੱਕ ਉਹਨਾਂ ਨੇ ਕਈ ਗੀਤ ਅਜਿਹੇ ਗਾਏ ਨੇ ਜਿਸ ਨੇ ਲੋਕਾਂ ਦਾ ਦਿਲ ਜਿੱਤਿਆ। ਹਾਲ ਫਿਲਹਾਲ ਹੀ ਉਹ ਪਹਾੜਾਂ ਦੀ ਸੈਰ ਕਰਦੇ ਦਿਖਾਈ ਦਿੱਤੇ, ਜਿੱਥੋਂ ਕਿ ਉਹਨਾਂ ਨੇ ਆਪਣੇ ਦੋਸਤਾਂ ਦੀ ਫਰਮਾਇਸ਼ 'ਤੇ ਬੇਹੱਦ ਹੀ ਖਾਸ ਵੀਡੀਓ ਕੀਤਾ ਹੈ ਸਾਂਝਾ। ਰਾਜਵੀਰ ਜਵੰਦਾ ਪੰਜਾਬੀ 뮤직 ਇੰਡਸਟਰੀ ਦੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਫੋਕ ਗਾਇਕੀ ਲਈ ਜਾਣਿਆ ਜਾਂਦਾ ਹੈ। ਅੱਜ ਕੱਲ ਰਾਜਵੀਰ ਜਵੰਦਾ ਲਦਾਖ ਘੁੰਮਦੇ ਨਜ਼ਰ ਆ ਰਹੇ ਨੇ ਤੇ ਉਥੋਂ ਆਪਣੇ ਦੋਸਤਾਂ ਦੀ ਫਰਮਾਇਸ਼ ਤੇ ਇੱਕ ਗੀਤ ਪੇਸ਼ ਕੀਤਾ ਹੈ ਤੇ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਉਹਨਾਂ ਦਾ ਇਹ ਲੇਟੈਸਟ ਵੀਡੀਓ। ਉਹ ਛੱਲਾ ਨੋ ਨੋ ਖੇਵੇ ਉਹ ਛੱਲਾ ਨੋ ਨੋ ਖੇਵੇ ਹੋਟਲ ਦਾ ਬਿੱਲ ਕੌਣ ਦੇਵੇ ਖੇਵੇ ਵੇ ਪੁੱਤਰ ਮਿੱਠੜੇ ਦੇਵੇ ਓਏ ਅੱਲਾ ਸਭ ਨੂੰ ਦੇਵੇ ਦਾਤਾ ਸਭ ਨੂੰ ਦੇਵੇ ਵਿਕਲ ਸੁਣ ਛੱਲਿਆ ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਕਰਦੇ ਆ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੀ। ਕਰਮਜੀਤ ਅਨਮੋਲ ਜਿਨ੍ਹਾਂ ਨੇ ਹਾਲ ਫਿਲਹਾਲ ਹੀ ਆਪਣੀ ਇੱਕ ਹੋਰ ਫਿਲਮ ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ, ਜਿਸਦਾ ਰੈਪ ਅਪ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਨੇ ਆਪਣੇ ਫੈਨਸ ਦੇ ਨਾਲ। ਕਰਮਜੀਤ ਅਨਮੋਲ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਜਿੰਨੇ ਮੇਰਾ ਘਰ ਪੱਟਿਆ ਫਿਲਮ ਦਾ ਸ਼ੂਟ ਕੰਪਲੀਟ ਕਰ ਲਿਆ, ਇਸਦੇ ਰੈਪ ਅਪ ਸੈਲੀਬ੍ਰੇਸ਼ਨ ਦਾ ਇੱਕ ਛੋਟਾ ਜਿਹਾ ਵੀਡੀਓ ਉਹਨਾਂ ਨੇ ਆਪਣੇ ਫੈਨਸ ਦੇ ਨਾਲ ਕੀਤਾ ਹੈ ਸਾਂਝਾ ਤੇ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਕਰਮਜੀਤ ਅਨਮੋਲ ਦਾ ਇਹ ਲੇਟੈਸਟ ਵੀਡੀਓ। ਜਿਹਨੇ ਮੇਰਾ ਘਰ ਪੱਟਿਆ ਹਾਏ So, wrap up हो गया जी। आज केक कटया जा रहा है, इधर के डायरेक्टर साहब। हां जी, आज हो गया जी अपना रैप अप। अच्छा जी, ते मैं बोल पे दो वर्ड बोल ज्यादा। ये सासी काल तो के वजह चल रही है। अब बल्ली ने बहुत सेवा की थी, मेरा पिंड जी हो रहा है। थैंक यू। ये साडे प्रोड्यूसर साहब तकदीर प्रोडक्शंस। सो आ सारे भाई बहुत बढ़िया साथ देता सारे ने, कॉस्ट्यूम ने भी ਸਿੰਗਰ ਵੀ ਐਕਟਰ ਵੀ ਸਾਰੀ ਟੀਮ ਅਮਰ ਭਾਜੀ ਹੋਣੀ ਸਾਰੇ ਆਹ ਵੀ ਬਹੁਤ ਸਤਿ ਸ਼੍ਰੀ ਅਕਾਲ ਬੁਲਾਈ ਇਹਨੇ ਸਭ ਨੂੰ ਸਵੇਰੇ ਉੱਠੇ ਸਾਰਿਆਂ ਨੇ ਇਹਨੇ ਪੱਗ ਦੇ ਵੱਟ ਕੱਢੇ ਬਈ ਇਹਨੇ ਕੈਮਰੇ ਵਾਲਿਆਂ ਨੇ ਫੋਟੋਆਂ ਬਾਅਦ 'ਚ ਪਤਾ ਲੱਗੂ ਵੀ ਕਿਵੇਂ ਆਈਆਂ ਨੇ ਕੰਡਿਆਰੇ ਨੇ ਵੀ ਬੈਂਟੀ 'ਚ ਬੈਠ ਕੇ ਬਹੁਤ ਅੱਛਾ ਕੰਮ ਕੀਤਾ। ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 3 ਦੀ। ਵੈਲ ਇਸ ਫਿਲਮ ਦਾ ਲੰਮੇ ਅਰਸੇ ਤੋਂ ਹਰ ਕੋਈ ਇੰਤਜ਼ਾਰ ਕਰ ਰਿਹਾ, ਉੱਥੇ ਹੀ ਫਿਲਮ ਦਾ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਫਿਲਮ ਜਿਹੜੀ ਹੈ ਜਲਦੀ ਰਿਲੀਜ਼ ਹੋ ਰਹੀ ਹੈ। ਉੱਥੇ ਸਟਾਰ ਕਾਸਟ ਇਸ ਫਿਲਮ ਦੀ ਪ੍ਰਮੋਸ਼ਨ ਕਰਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਹੁਣ ਗੁਰਪ੍ਰੀਤ ਕੁੱਗੀ ਨੇ ਆਪਣੇ ਪੇਜ ਤੋਂ ਬੇਹੱਦ ਹੀ ਖਾਸ ਵੀਡੀਓ ਇਸ ਫਿਲਮ ਦੇ ਸੈੱਟ ਤੋਂ ਕੀਤਾ ਹੈ ਸਾਂਝਾ, ਜਿੱਥੇ ਕਿ ਸਾਰੀ ਸਟਾਰ ਕਾਸਟ ਕੜਾਹ ਨੂੰ ਵੇਖ ਕੇ ਕੁਝ ਇਸ ਅੰਦਾਜ਼ ਦੇ ਵਿੱਚ ਦਿਖਾਈ ਦਿੱਤੀ। ਕਾਦੀ ਐਕਸਾਈਟਮੈਂਟ ਹੈ ਤੁਹਾਨੂੰ? ਕੜਾਹ ਦੀ ਉਹੀ ਗਰਮਾ ਗਰਮਾ ਆ ਰਿਹਾ, ਕੜਾਹ ਵਾਲਾ ਬੰਦਾ ਆ ਗਿਆ ਜੱਗੀ ਤੂਰੀ ਤੇ ਕੜਾਹ ਮੈਨ ਇਸ ਸਭ ਤੋਂ ਵੱਧ ਐਕਸਾਈਟਡ ਭਾਜੀ, ਸਭ ਤੋਂ ਵੱਧ। ਥੈਂਕ ਯੂ ਸਰ। ਸਪੈਸ਼ਲ ਕਾਲੀ ਲੈ ਕੇ ਐਮਰਲੀ ਸਟੀਲ ਦੀ ਹੁਣ ਕੜਾਹ ਦੀ ਬੇਤਾਜ ਬਾਸ਼ਾ ਲੋਕ ਤੋਂ ਮੈਂ ਕੜਾਹ ਦੀ ਬੇਤਾਜ ਬਾਸ਼ਾ ਕੀ ਵਾਹ ਕੜਾਹ ਵਾਹ ਭਾਜੀ ਕਾ ਆਹ ਮੈਂ ਰਹਿ ਗਿਆ ਆ ਦੇਖੋ ਤੁਹਾਡੇ ਰੱਖਿਆ ਮੇਰੇ ਕੋਲ ਆ ਦੇਖ ਤੁਹਾਡਾ ਸ਼ੇਅਰ ਉਹ ਕੀ ਬਾਤ ਨਹੀਂ ਮੇਰੇ ਨਾਲ ਵੀ ਸ਼ੇਅਰ ਹੋ ਗਏ ਦਾ ਬਹੁਤ ਜ਼ਿਆਦਾ ਆ ਦੇਖੋ ਜੀ ਵਾਹ ਕੜਾਹ ਦੀ ਕਿੰਨੀ ਐਕਸਾਈਟਮੈਂਟ ਹੈ ਸਭ ਨੂੰ ਵਾਹ ਬੋਲ ਬਟ ਇਹ ਸਭ ਅੱਜ ਥੋੜਾ ਥੋੜਾ ਸੈਡ ਵੀ ਹੈ ਕਿਉਂਕਿ ਲੰਡਨ ਦਾ ਸ਼ੈਡਿਊਲ ਖਰਾਬ ਹੋਣਾ ਉਹ ਤੱਕ ਆਪਣਾ ਲੰਡਨ ਦਾ ਸ਼ੈਡਿਊਲ ਮੁੱਕਣ ਲੱਗਾ ਹੈ ਇਹਦੇ ਕਰਕੇ ਸਭ ਥੋੜਾ ਥੋੜਾ ਅੱਜ ਦੁਖੀ ਵੀ ਕਰ ਰਹੇ ਹਾਂ ਸਭ ਸੈਡ ਨੇ ਗੱਲ ਇਹ ਵੀ ਹੁਣ ਅੱਗੇ ਤੋਂ ਭਾਜੀ ਜਿੱਦਾਂ ਮੇਕਅਪ ਵਾਲਾ ਹੇਅਰ ਵਾਲਾ ਲਾਈਟ ਮੈਨ ਕੈਮਰਾਮੈਨ ਸਭ ਜ਼ਰੂਰੀ ਨੇ ਨਾ ਅਗਲੀ ਸ਼ੂਟਿੰਗ 'ਚ ਕੜਾਹ ਮੈਨ ਬਹੁਤ ਜ਼ਰੂਰੀ ਹੈ ਭਾਜੀ ਬਹੁਤ ਜ਼ਰੂਰੀ ਇਸ ਤੋਂ ਬਿਨਾਂ ਨਹੀਂ ਗੱਲਬਾਤ ਬਾਲੀਵੁੱਡ ਕੁਈਨ ਕੰਗਨਾ ਰਨੌਤ ਨੇ ਹਾਲ ਹੀ ਦੇ ਵਿੱਚ ਆਪਣੇ ਵਰਕਆਊਟ ਵੀਡੀਓ
ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਐਕਟ੍ਰੈਸ ਨੇ ਦੱਸਿਆ ਕਿ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਆਪਣੇ ਐਕਸਰਸਾਈਜ਼ ਰੂਟੀਨ ਨੂੰ ਸ਼ੁਰੂ ਕੀਤਾ ਹੈ ਕਿਉਂਕਿ ਉਹ ਮਿਸਿਸ ਗਾਂਧੀ ਦਾ ਕਿਰਦਾਰ ਨਿਭਾ ਰਹੀ ਸੀ ਤੇ ਹੁਣ ਇਸ ਫਿਲਮ ਦਾ ਸ਼ੂਟ ਉਹ ਕੰਪਲੀਟ ਕਰ ਚੁੱਕੀ ਹੈ ਤੇ ਹੁਣ ਐਕਟ੍ਰੈਸ ਆਪਣੇ ਅਪਕਮਿੰਗ ਐਕਸ਼ਨ ਫਿਲਮ ਲਈ ਫਿਰ ਤੋਂ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਕਰਨ ਲਈ ਰੈਡੀ ਹੈ ਤੇ ਕੜੀ ਮਿਹਨਤ ਕਰਦੀ ਦਿਖਾਈ ਦੇ ਰਹੀ ਹੈ। ਹਾਲ ਹੀ ਦੇ ਵਿੱਚ ਉਹਨਾਂ ਨੇ ਇਹ ਵੀਡੀਓ ਸਾਂਝਾ ਕਰ ਇਸ ਦੀ ਜਾਣਕਾਰੀ ਆਪਣੇ ਫੈਨਸ ਦੇ ਨਾਲ ਸਾਂਝਾ ਕੀਤੀ। ਵੈਲ ਹੁਣ ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਾਣ ਯਾਨੀ ਕਿ ਜਸਵਿੰਦਰ ਬਰਾੜ ਦੀ। ਜਸਵਿੰਦਰ ਬਰਾੜ ਜੋ ਕਿ ਇਸ ਉਮਰ ਦੇ ਵਿੱਚ ਵੀ ਖੂਬ ਐਕਟਿਵ ਦਿਖਾਈ ਦਿੰਦੇ ਨੇ। ਹਾਲ ਫਿਲਹਾਲ ਹੀ ਉਹਨਾਂ ਨੇ ਆਪਣੇ ਇੱਕ ਵੀਡੀਓ ਸਾਂਝਾ ਕੀਤਾ ਹੈ ਸੋਸ਼ਲ ਮੀਡੀਆ ਅਕਾਊਂਟ ਤੋਂ ਜਿੱਥੋਂ ਕਿ ਉਹ ਪ੍ਰੈਕਟਿਸ ਦੌਰਾਨ ਇਹ ਗੀਤ ਗਾਉਂਦੀ ਦਿਖਾਈ ਦਿੱਤੀ। ਵੈਲ ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦਾ ਦੇਖਿਆ ਜਾ ਰਿਹਾ ਹੈ। ਟੌਪ 5 ਦੇ ਵਿੱਚ ਨਾ ਹੀ ਚੱਲ ਮਿਲਾਂਗੇ ਤੁਹਾਨੂੰ ਹੋਰ ਅਪਡੇਟਸ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।